ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਖੰਨਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਵੱਲੋਂ ਇੱਕ ਮਹਿਲਾ ਅਫਸਰ ਨਾਲ ਬਦਜ਼ੁਬਾਨੀ ਦੀ ਘਟਨਾ ਨੂੰ ਮੰਦਭਾਗੀ ਘਟਨਾ ਦੱਸਿਆ ਅਤੇ ਕਾਂਗਰਸ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਝੂਠੀਆਂ ਸੋਹਾਂ ਖਾ ਕੇ ਸਰਕਾਰ ਬਣਾਈ ਹੈ ਅਤੇ ਲੋਕਾਂ ਨੂੰ ਲਾਰੇ ਲਾ ਕੇ ਚੋਣਾਂ ਲੜੀਆਂ ਨੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਧ ਨੌਕਰੀਆਂ ਅਕਾਲੀ ਸਰਕਾਰ ਦੇ ਸਮੇਂ ਦਿੱਤੀਆਂ ਗਈਆਂ ਨੇ ਅਤੇ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੇ ਖਰੀ ਨਹੀਂ ਉਤਰੀ ਹੈ। ਹਾਂਜੀ, ਅੱਜ ਜਿਹੜੀ ਮੀਟਿੰਗ ਇਹ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਸੀ ਕਿ ਜਿਹੜਾ 2 ਸਾਲ ਲਗਭਗ ਸਰਕਾਰ ਬਣੂ ਹੋ ਚੱਲੇਗਾ, ਤੀਸਰਾ ਜਿਹੜਾ ਅਗਲੇ ਮਹੀਨੇ ਸ਼ੁਰੂ ਹੋਣਾ ਅਤੇ ਇੱਕ ਵੀ ਸਕੀਮ ਜਿਹੜੀ ਇਹਨਾਂ ਨੇ ਵਾਅਦੇ ਕੀਤੇ ਸੀ ਮੈਨੀਫੈਸਟੋ ਦੇ ਵਿੱਚ ਗਰੀਬ ਭਾਈਚਾਰੇ ਨਾਲ ਜਾਂ ਕਿਸਾਨ ਵੀਰਾਂ ਨਾਲ ਜਾਂ ਨੌਜਵਾਨਾਂ ਨਾਲ ਸਾਰਿਆਂ ਨਾਲ ਕੋਈ ਵੀ ਜਿਹੜਾ ਪੂਰਾ ਨਹੀਂ ਹੋ ਸਕਿਆ ਅਤੇ ਲਾਰੇ ਹੋਰ ਅਜੇ ਗਾਂ ਲਾਈ ਜਾ ਰਹੇ ਹਨ। ਇਸ ਲਈ ਉਹ ਦੁਬਾਰਾ ਫਾਰਮ ਭਰ ਕੇ ਉਦੋਂ ਤੇ ਭਰ ਕੇ ਝੂਠ, ਜਦੋਂ ਸੰਮਤੀ ਦੀਆਂ ਚੋਣਾਂ ਆਈਆਂ ਉਦੋਂ ਉਹਨਾਂ ਨੇ ਗਰੀਬਾਂ ਨੂੰ ਪਲਾਟਾਂ ਦੀ ਗੱਲ ਕੀਤੀ ਕਿ ਤੁਹਾਨੂੰ ਪਲਾਟ ਦੇ ਦਿੰਦੇ ਹਾਂ, ਹੁਣ ਪਤਾ ਲੱਗਿਆ ਜੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਫਿਰ ਦੁਬਾਰਾ ਵੀ ਤੁਹਾਡੇ ਜਿਹੜੇ ਆਪਾਂ ਟਾਟਾ ਦਾਲ ਦੇ ਕਾਰਡ ਆ ਅਸੀਂ ਨਵੇਂ ਭਰਨੇ ਨੇ ਫਿਰ ਉਹ ਬਣਾ ਕੇ ਤੁਹਾਨੂੰ ਦੇਣੇ ਨੇ। ਵੀ ਸ਼ਾਇਦ ਆ ਜਿਹੜੀ ਪਾਰਲੀਮੈਂਟ ਦੀ ਚੋਣ ਆ ਰਹੀ ਉਹਦੇ ਵਿੱਚ ਉਹ ਫਿਰ ਝੂਠ ਮਾਰਨ ਜਾ ਰਹੇ, ਠੱਗੀ ਮਾਰਨ ਜਾ ਰਹੇ। ਉਹਦੇ ਸੰਬੰਧ 'ਚ ਮੀਟਿੰਗਾਂ ਰੱਖੀਆਂ ਕਿ ਮਤਲਬ ਸੰਗਤਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਵੇ ਕਿ ਜਿੰਨੀਆਂ ਭਲਾਈ ਸਕੀਮਾਂ ਬਣੀਆਂ ਨੇ ਗਰੀਬਾਂ ਨਾਲ ਸੰਬੰਧ ਰੱਖਦੀਆਂ ਨੇ, ਚਾਹੇ ਉਹ ਪੜ੍ਹਾਈ ਤੱਕ ਨੇ ਚਾਹੇ ਉਹ ਆਰਥਿਕ ਤੌਰ 'ਤੇ ਕਰਨ ਵਾਸਤੇ ਨੇ, ਉਹ ਸਾਰੀਆਂ ਦੀਆਂ ਸਾਰੀਆਂ ਉਦੋਂ ਬਣੀਆਂ ਜਦੋਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ। ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਹੈ ਉਹ ਸਮੇਂ ਸਮੇਂ ਜਦੋਂ ਬਣਦੀ ਆ ਰਹੀ ਉਹ ਤਕਰੀਬਨ ਉਹਨਾਂ ਦੇ ਵਿੱਚ ਵਾਧਾ ਕਰਨ ਦੀ, ਜਿਸ ਤਰ੍ਹਾਂ ਨਾਲ ਸ਼ਗਨ ਸਕੀਮ ਜਿਹੜਾ ਸੀ ਅਸੀਂ 5000 ਸ਼ੁਰੂ ਕੀਤਾ ਸੀ ਅਤੇ ਉਹਨੂੰ ਲੈ ਕੇ 15,000 ਤੱਕ ਵਧਾ ਕੇ, ਅਤੇ 15 ਤੋਂ ਵੱਧ ਇਹਨਾਂ ਨੇ ਕਹਿੰਦੇ ਕਿ ਅਸੀਂ ਅਤੇ ਉਹ ਵਧਾ ਕੇ ਉਹਨੂੰ 50,000 ਕਰਾਂਗੇ। ਆਟਾ ਦਾਲ ਦੇ ਵਿੱਚ ਖੰਡ ਘਿਓ ਦੀ ਚਾਹ ਪੱਤੀ ਦੀਆਂ ਗੱਲਾਂ ਕੀਤੀਆਂ। ਅੱਜ ਦਾ ਜਿਹੜਾ ਸਾਡਾ ਮੇਰੇ ਉਸ ਜ਼ਿਲ੍ਹਾ ਖੰਨਾ ਦੇ ਵਿੱਚ ਹਲਕਾ ਖੰਨਾ ਦੇ ਵਿੱਚ ਇੱਕ ਐਸ ਸੀ ਵਿੰਗ ਦਾ ਇਕੱਠ ਸੀਗਾ ਜਿਹਦੇ ਵਿੱਚ ਮੇਰੇ ਕੌਮੀ ਪ੍ਰਧਾਨ ਬਲਜਾਰ ਸਿੰਘ ਰਣੀਕੇ ਜੀ ਆਏ ਸੀ। ਉਹ ਇਸ ਲਈ ਆਏ ਸੀ ਜਿਹੜੀਆਂ ਇਹ ਮੌਜੂਦਾ ਜਿਹੜੀ ਸਰਕਾਰ ਆ ਕਾਂਗਰਸ ਦੀ, ਇਹਨੇ ਜਦੋਂ ਇਲੈਕਸ਼ਨ ਵਿਧਾਨ ਸਭਾ ਦੀ ਹੋਈ ਤਾਂ ਇਹਦੇ ਵਿੱਚ ਬਹੁਤ ਝੂਠ ਬੋਲ ਕੇ ਮੈਨੂਫੈਸਟੋ ਨੂੰ ਲੰਬੋ ਚੌੜਾ ਕਰਕੇ ਮੈਨੂਫੈਸਟੋ ਨੂੰ ਬਹੁਤ ਝੂਠ ਬੋਲ ਕੇ ਸਰਕਾਰ ਬਣਾ ਲਈ ਅਤੇ ਐਸ ਸੀ ਵਰਗ ਲਈ ਇਹਨਾਂ ਕੋਲ ਝੂਠ ਬੋਲਿਆ ਕਿ ਉਹ ਮੰਗਾ ਕੇ ਆਪਣੀ ਵੋਟਾਂ ਆਪਣੇ ਪੱਖ ਦੇ ਵਿੱਚ ਲਈਆਂ। ਤਾਂ ਹੁਣ ਇਹਨਾਂ ਨੇ 2 ਸਾਲ ਬੀਤ ਚੁੱਕੇ ਨੇ ਲਗਭਗ, ਸਰਕਾਰ ਨੂੰ 1/12 ਵੀ ਐਸ ਸੀ ਵਰਗ ਲਈ ਪੂਰਾ ਨਹੀਂ ਕੀਤਾ ਸੀ ਅਤੇ ਹੁਣ ਅੱਗੇ ਜਿਹੜੀ ਲੋਕ ਸਭਾ ਦੀ ਚੋਣ ਆਉਣੀ ਆ ਉਹਦੀ ਤਿਆਰੀ ਦੇ ਲਈ ਇਹ ਆਏ ਸੀਗੇ ਵੀ ਕਹਾਂ ਜਿਹੜੇ ਆ ਇਹਨਾਂ ਤੋਂ ਸੁਚੇਤ ਹੋਈਏ ਅਤੇ ਜੋ ਵੀ ਅਕਾਲੀ ਦਲ ਦਾ ਇੱਥੇ ਲੀਡਰ ਜਾਂ ਕੈਂਡੀਡੇਟ ਆਊਗਾ ਉਹਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ। ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।